ਅਸਲਾਮੁਅਲੈਕਮ ਦੋਸਤੋ ਪਾਕ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਦੋਸਤ ਅਬਦੁਲ ਵਾਹਿਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਆਪਣੇ ਇਲਾਕੇ ਦੀ ਬਹੁਤ ਹੀ ਅੱਛੀ ਤੇ ਬਹੁਤ ਹੀ ਬਿਹਤਰੀਨ ਤੇ ਸਸਤੀ ਇਜ਼ਰਾਇ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਬੜੀ ਪਸੰਦ ਆਵੇਗੀ ਆ ਵੇਖੋ ਦੋਸਤੋ ਇੱਕ ਕਾਰਪਟ ਰੋਡ ਕਿ ਆਮ ਲਿੰਕ ਰੋਡ ਨਹੀਂਗਾ ਇੱਕ ਕਾਰਪਟ ਰੋਡ ਆ ਵੇਖੋ ਤੁਹਾਡੇ ਸਾਹਮਣੇ ਦੋਸਤੋ ਇਸ ਕਾਰਪੇਟ ਰੋਡ ਦੀ ਦੋਹਾਂ ਸਾਈਡਾਂ ਤੇ ਆਪਣੀ ਇਹ ਜ਼ਮੀਨ ਦਾ तकरीबन ਕੋਈ 18 ਏਕੜ ਫਰੰਟੇ ਐ ਸਾਈਡ ਦੇ ਵੀ ਹੈਗਾ ਤੇ ਦੂਸਰੀ ਸਾਈਡ ਤੇ ਵੀ ਹੈਗਾ ਜੀ ਕਿ ਫਰੰਟ 18 ਏਕੜ ਦੋਹਾਂ ਸਾਈਡਾਂ ਤੇ ਤੇ तकरीबन तमाम ਜ਼ਮੀਨ ਦੇ ਵਿੱਚ ਤਾਈਂ ਦੀ ਫਸਲ ਯਾਨੀ ਕਿ ਚਾਵਲ ਦੀ ਫਸਲ ਕਾਸ਼ਤ ਕੀਤੀ ਗਈ ਹੈ ਕਿ ਥੋੜੀ ਜ਼ਮੀਨ ਰਹਿ ਗਈ ਹੈ ਲੇਕਿਨ ਉੱਥੇ ਵੀ ਦੋਸਤਾਂ ਨੂੰ ਇੱਕ ਮਾਹ ਬਾਅਦ ਕਿ ਤਾਈਂ ਦੀ ਫਸਲ ਮਿਲੇਗੀ ਦੋਸਤੋ ਇਹ ਕਾਰਪਟ ਰੋਡ ਜਿਹੜਾ ਆਪਾਂ ਤੁਹਾਨੂੰ ਭਰਾਵਾਂ ਨੂੰ ਦਿਖਾ ਰਹੇ ਆ ਬਾਹਰ-ਬਾਹਰ ਇਹ ਭਾਵਨਗਰ ਤੇ ਅਰਫ ਵਾਲਾ ਮੇਨ ਰੋਡ ਤੋਂ ਆ ਰਿਹਾ ਸਿਰਫ 22 ਕਿਲੋਮੀਟਰ ਸਫਰ ਤੋਂ ਤੇ ਕਿਸੇ ਪਾਸੇ ਦਰਮਿਆਨ ਦੇ ਵਿੱਚ ਰਸਤਾ ਕੱਚਾ ਨਹੀਂ ਹੈਗਾ ਕਿ 22 ਕਿਲੋਮੀਟਰ ਸਫਰ ਤੋਂ ਆ ਰਿਹਾ ਹੈ ਨਾ ਤੇ ਕਾਰਪਟ ਰੋਡ ਆ ਰਿਹਾ ਜਿਹੜਾ ਕਿ ਆਪਾਂ ਭਰਾਵਾਂ ਨੂੰ ਦਿਖਾ ਰਹੇ ਆ ਜਿਹੜਾ ਕਿ ਅਰਫ ਵਾਲਾ ਭਾਵਨਗਰ ਮੇਨ ਰੋਡ ਦੇ ਨਾਲ ਟੱਚ ਹੁੰਦਾ ਪਿਆ ਜੀ ਦੋਸਤੋ ਇਹ ਆਪਣੇ ਇਲਾਕੇ ਦੀ ਜ਼ਮੀਨ ਹੈ ਕਿ ਜ਼ਿਲ੍ਹਾ ਪਾਕਪਤਨ ਤੇ ਤਖਸੀਲ ਆਰਫਵਾਲਾ ਆਰਫਵਾਲਾ ਤੇ ਬਾਵਲ ਨਗਰ ਮਹਿਨ ਰੋਡ ਤੇ ਇਹ ਜ਼ਮੀਨ ਪਈ ਹੈ 2.5 ਕਿਲੋਮੀਟਰ ਸਫਰ ਤੋਂ ਲੇਕਿਨ ਜਿਹੜਾ ਬਾਵਲ ਨਗਰ ਸ਼ਹਿਰ ਹੈ ਉਹ ਇਹਦੇ ਜ਼ਿਆਦਾ ਕਰੀਬ ਹੈ ਲੇਕਿਨ ਇਲਾਕਾ ਆਪਣੇ ਆਰਫਵਾਲਾ ਦਾ ਹੈ ਇਸ ਜ਼ਮੀਨ ਦੇ ਵਿੱਚ ਦੋਸਤਾਂ ਨੂੰ 3 ਟੁਰਪੈਨਾ ਮਿਲਣਗੀਆਂ ਤੇ ਇੱਕ ਬਹੁਤ ਵੱਡਾ ਡੇਰਾ ਮਿਲੇਗਾ ਇਹ ਪਹਿਲਾਂ ਆਪਾਂ ਦਰਮਿਆਨ ਦੇ ਵਿੱਚ ਖੋਲੋ ਕੇ ਆਪਾਂ ਜ਼ਮੀਨ ਦੇ तकरीबन ਦਰਮਿਆਨ ਚ ਆ ਗਏ ਆ ਇਹ ਦਿਖਾ ਕੇ ਇਸ ਤੋਂ ਬਾਅਦ ਆਪਾਂ ਪਰਮਨ ਦਿਖਾਵਾਂਗੇ ਜਿਹੜਾ ਕਿ ਡੇਰਾ ਹੈ ਇੰਦੇ ਵਿੱਚ ਆਪਾਂ ਨੂੰ ਬਹੁਤ ਵੱਡਾ ਡੇਰਾ ਮਿਲੇਗਾ ਦੋਸਤੋ ਐਸ ਸਾਈਡ ਤੇ ਵੀ ਟਰਪੈਨ ਹੈਗੀ ਜੀ ਆ ਵੇਖੋ ਇਹ ਖਾਲੇ ਚ ਪਾਣੀ ਆ ਰਿਹਾ ਨਾ ਐਸ ਸਾਈਡ ਤੇ ਵੀ ਟਰਪੈਨ ਹੈਗੀ ਜੀ ਇੱਥੇ ਆਪਾਂ ਮੂਵੀ ਸ਼ੁਰੂ ਕੀਤੀ ਸੀ ਕਾਰਪਟ ਰੋਡ ਦੇ ਨਾਲ ਉੱਥੇ ਵੀ ਇੱਕ ਟਰਪੈਨ ਹੈਗੀ ਦੋਸਤਾਨੇ ਸ਼ੁਰੂ ਤੋਂ ਦੇਖ ਲਈ ਹੋਣੀ ਏ ਇਸ ਤੋਂ ਇਲਾਵਾ ਜਿਹੜਾ ਡੇਰਾ ਹੈਗਾ ਆਪਾਂ ਦੋਸਤਾਂ ਨੂੰ ਦਿਖਾਵਾਂਗੇ ਕਿ ਡੇਰੇ ਦੇ ਅੰਦਰ ਵੀ ਇੱਕ ਡਰਪੈਨ ਮੌਜੂਦ ਹੈ ਕਿੰਨੇ ਦੇ ਵਿੱਚ ਆਪਾਂ ਨੂੰ ਤਿੰਨ ਡਰਪੈਨਾਂ ਮਿਲਣ ਗਈਆਂ ਤੇ ਇਸੇ ਤਰ੍ਹਾਂ ਹੀ ਤਿੰਨ ਤੋਂ ਚਾਰ ਟਰਾਂਸਫਰਮ ਨੇ ਬਿਜਲੀ ਵਾਲੇ ਜਿਹੜੇ ਕਿ ਮਾਲਕ ਨੇ ਰਖਾਏ ਹੋਏ ਨੇ ਦੋਸਤੋ ਇਹ ਆਪਣੇ ਕੋਲ 7 ਮਰਬੇ ਜ਼ਰੇਈ ਜ਼ਮੀਨ ਜੇ ਇਹ ਪ੍ਰਵੰਨ ਸਾਹਮਣੇ ਇਹ ਡੇਰਾ ਹੈ ਆਪਾਂ ਅੰਦਰ ਜਾ ਕੇ ਡੇਰਾ ਵੀ ਦਿਖਾਵਾਂਗੇ ਦੋਸਤੋ ਇਹ 7 ਮਰਬੇ ਜ਼ਰੇਈ ਜ਼ਮੀਨ 7 ਮਰਬੇ ਤੋਂ ਤਕਰੀਬਨ ਕਿ 4-5 ਏਕੜ ਉੱਪਰ ਹੋਣਗੇ ਦੋਸਤੋ ਇਹ तमाम ਜ਼ਮੀਨ ਇੱਕ ਫੈਮਿਲੀ ਦੀ ਹੈ ਕਿ ਦੋ ਤਿੰਨ ਭਾਈ ਹੈਗੇ ਨੇ ਉਹਨਾਂ ਦੇ ਨਾਂ ਤੇ ਜ਼ਮੀਨ ਹੈ ਤੇ ਕਿਸੇ ਕਿਸਮ ਦਾ ਬਚੂਕੀ ਮਸਲਾ ਨਹੀਂ ਹੈਗਾ ਇਹ ਕਿ तमाम ਭਾਈ ਰਾਜ਼ੀ ਨੇ ਤੁਹਾਨੂੰ ਮੌਕੇ ਦਿੰਦਾ ਰਜਿਸਟਰੀ ਇੰਤਕਾਲ ਤੇ ਕੰਪਿਊਟਰਾਈਜ਼ ਰਿਕਾਰਡ ਮਿਲੇਗਾ ਇਹ ਆਪਾਂ ਦੋਸਤਾਂ ਨੂੰ ਡੇਰੇ ਦੇ ਅੰਦਰ ਲੈ ਕੇ ਆ ਗਏ ਆ ਆ ਵੇਖੋ ਇਹ ਡੇਰੇ ਦਾ ਅੰਦਰਲਾ ਹਿੱਸਾ ਜੀ ਤੇ ਪ੍ਰਵੰਦ ਸਾਹਮਣੇ ਆ ਵੇਖੋ ਦੋਸਤੋ ਡੇਰਾ ਇੱਥੇ ਵੀ ਇੱਕ ਟਰਪੈਨ ਮੌਜੂਦ ਜੀ ਇਹ ਵੇਖੋ ਮੱਕੀ ਕੱਢਦੇ ਪਏ ਨੇ ਆ ਵੇਖੋ ਦੋਸਤੋ ਕਿ ਮਸਜਿਦ ਮਾਸ਼ੱਲਾ ਮਾਲਕ ਨੇ ਡੇਰੇ ਦੇ ਅੰਦਰ ਇਹ ਕਾਇਮ ਕੀਤੀ ਹੋਈ ਹੈ ਕਿ ਪਰਵਾਹ ਨੂੰ ਹਰ ਸਹੂਲਤ ਇੱਥੇ ਮੌਕੇ ਤੇ ਮਿਲੇਗੀ ਆਪਾਂ ਇਵੇਂ ਡੇਰੇ ਦੇ ਵਿੱਚੋਂ ਨੇ ਗੁਜ਼ਰ ਕੇ ਬੈਕ ਸਾਈਡ ਤੇ ਇੱਕ ਦੀਵਾਰ ਹੈਗੀ ਉਹ ਦੀਵਾਰ ਦੇ ਜ਼ਰੀਏ ਆਪੋ ਦਿਖਾਵਾਂਗੇ ਸਾਹਮਣੇ ਜਾ ਕੇ ਆਹ ਵੇਖੋ ਦੋਸਤੋ ਆਪਣਾ ਸੱਜਾ ਹੱਥ ਐ ਵੀਟਰ ਪੈਨ ਜੇ ਕ੍ਰੀਟਰ ਪੈਨ ਨੰਬਰ 3 ਆ ਵੇਖੋ ਦੋਸਤੋ ਇਹ ਡੇਰਾ ਦੀ ਬੈਕ ਸਾਈਡ ਤੇ ਬਾਗ ਲੱਗਿਆ ਜੇ ਕਿ ਇੱਥੇ ਆਮ ਕਿਨੂ ਵਗੈਰਾ ਕਿ ਮਾਲਟਾ ਲੀਮੂ ਵਗੈਰਾ ਇੱਥੇ ਕਿ ਹਰ ਕਿਸਮ ਦੇ ਇੱਥੇ ਤਕਰੀਬਨ ਬਾਗ ਲੱਗਿਆ ਹੋਇਆ ਜੇ ਤੇ ਦੁਬਾਰਾ ਫਿਰ ਆਪਾਂ ਦੋਸਤਾਂ ਨੂੰ ਦਿਖਾਵਾਂਗੇ ਜਿੱਥੋਂ ਆਪਾਂ ਜ਼ਮੀਨ ਦੀ ਵੀਡੀਓ ਸ਼ੁਰੂ ਕੀਤੀ ਸੀ ਲੋਕੇਸ਼ਨ ਆਪਾਂ ਦੋਸਤਾਂ ਨੂੰ ਸਮਝਾ ਚੁੱਕੇ ਹਾਂ ਕਿ ਇਹਦੀ ਲੋਕੇਸ਼ਨ ਮਾਸ਼ਾਅੱਲਾ ਬਹੁਤ ਹੀ ਬਖਤਰੀਨ ਜੇ ਦੋਸਤੋ ਰਕਬਾ ਦਰਿਆਈ ਹੈ ਲੇਕਿਨ ਇਹ ਨਹੀਂ ਕਹਿਣਾ ਕਿ ਇੱਥੇ ਸਲਾਬ ਆ ਜਾਏਗਾ ਨਹੀਂ ਦੋਸਤੋ ਜਿਹੜੇ ਦੋਸਤ ਆਪਣੇ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਨਹੀਂ ਹੈਗਾ ਬਲਕਿ ਸਿਰਫ ਦਰਿਆ ਸਨ 1988 ਚ ਆਇਆ ਸੀ ਤੁਸੀਂ ਇੱਥੇ ਆਓਗੇ ਮਾਲੂਮਤ ਲਵੋਗੇ ਨਾ ਦਰਿਆ ਸਿਰਫ 1988 ਚ ਆਇਆ ਸੀ ਸਲਾਬ ਜਦੋਂ ਕਿ ਇਹ ਜ਼ਮੀਨ ਤੱਕ ਪਹੁੰਚਿਆ ਸੀ ਮਤਲਬ ਕਿ ਦਰਿਆ ਦੀ ਪੌਂਤ ਤੋਂ ਦੂਰ ਲੱਗਣ ਹਦੂਦ ਦਰਿਆ ਦੀ ਹੈ ਤੇ ਇਹ ਗੱਲ ਤੁਸੀਂ ਲਾਜ਼ਮੀ ਯਾਦ ਰੱਖਣੀ ਹੈ ਜਿਹੜਾ ਕਿ ਰਕਬਾ ਦਰਿਆ ਦੀ ਹਦੂਦ ਦੇ ਅੰਦਰ ਆ ਜਾਵੇ ਨਾ ਉਹਦਾ ਪਾਣੀ ਬਿਲਕੁਲ 101% ਮਿੱਠਾ ਹੁੰਦਾ ਜੀ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁੰਦੀ ਜੀ ਮਤਲਬ ਕਿ ਸਲਾਬ ਵਣੋਂ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਇਹ ਜ਼ਮੀਨ ਖਰੀਦ ਲੈਣੀ ਜੀ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 16 ਲੱਖ ਰੁਪਇਆ ਦੋਸਤੋ 16 ਲੱਖ ਰੁਪਇਆ ਇਨ ਦੀ ਡਿਮਾਂਡ ਹੈ ਕਮੀ ਪੇਸ਼ੀ ਪਿਆਰ ਮੁਹੱਬਤ ਥੋੜੀ ਬੋਤੀ ਆਪਾਂ ਦੋਸਤਾਂ ਦੇ ਖਾਤਰ ਕਰਵਾ ਲਾਂਗੇ ਬਾਕੀ ਇਹ ਵੀ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਆਰ ਫਲੇ ਚ ਆਪਣੀ ਰਹਿائش ਹੈ ਤੇ ਆਰ ਫਲੇ ਸ਼ਹਿਰ ਆਪਣਾ ਆਫਿਸ ਹੈ ਆਪਣਾ ਦਫ਼ਤਰ ਹੈ ਸਭ ਨੇ ਭਰਾਵਾਂ ਨੂੰ ਆਪਣੇ ਦਫ਼ਤਰ ਦੀ ਤਸਵੀਰ ਮਿਲ ਗਈ ਹੋਣੀ ਹੈ ਇਹ ਉਪਰਲਾ ਨੰਬਰ ਭਾਈ ਸ਼ਫਕਤ ਸਾਹਿਬ ਦਾ ਹੈ ਤੇ ਨੰਬਰ ਨੀਚੇ ਵਾਲਾ ਮੇਰਾ ਹੈਗਾ ਜੀ ਤੁਸੀਂ ਭਾਈ ਸ਼ਫਕਤ ਦੇ ਨੰਬਰ ਤੇ ਕਾਲ ਵੀ ਕਰ ਸਕਦੇ ਜੀ ਜਾਂ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਕਿਉਂਕਿ ਇਹ ਜ਼ਮੀਨ ਦਾ ਵਿਜ਼ਿਟ ਕੀਤਾ ਹੈ ਭਾਈ ਸ਼ਫਕਤ ਸਾਹਿਬ ਨੇ ਲੇਕਿਨ ਜਿਹੜਾ ਨੰਬਰ ਮੇਰਾ ਹੈਗਾ ਇਸ ਨੰਬਰ ਤੇ ਫਿਲਹਾਲ ਕਾਲ ਬੰਦ ਦੇ ਮਸਰੂਫiyat ਤੇ ਪਰਸਨਲ ਲੇਕਿਨ WhatsApp ਪਰ ਆਵਨ ਨੂੰ 24 ਘੰਟੇ ਆਨ ਮਿਲੇਗੀ ਤੁਸੀਂ ਕਿਸੇ ਵੀ ਟਾਈਮ ਮੈਸੇਜ ਕਰੋਗੇ ਤੁਹਾਨੂੰ ਫੌਰਨ ਰਿਪਲਾਈ ਮਿਲੇਗੀ ਤੇ ਭਾਈ ਸ਼ਫਕਤ ਦੇ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਜੀ ਜਾਂ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਤੇ ਦੋਸਤੋ ਇਨਸ਼ਾ ਅੱਲਾਹ ਤਾਲਾ ਬਾਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼